ਅੱਛਾ ਤੇ ਰਾਤ ਦੀ ਖਾਰਸ਼ ਹੋਣ ਡਈ ਸੀ ਰਾਤ ਨੂੰ ਕਿਤੇ ਨਾ ਇਹਦੇ ਨਾਲ ਹੋਵੇ ਉਹਦੇ ਨਾਲ ਲੇਟੀ ਸਾ ਨਾ ਹਨੀ ਦੇ ਨਾਲ ਔਰ ਸਿਰ 'ਚ ਜਿਹੜਾ ਮੋਟੇ ਮੋਟੇ ਆ ਪਿੱਧੇ ਦੋ ਨਿਕਲੇ ਨੇ ਨਾ ਉਸੇ ਤਰ੍ਹਾਂ ਦੀ ਸੇਮ ਦੋ ਨਿਕਲੇ ਨੇ ਇੱਕ ਮੇਰੇ ਸਿਰ 'ਚੋਂ ਇੱਕ ਜ਼ੇਰ ਦੇ ਸਿਰ 'ਚੋਂ ਅੱਛਾ ਦੋ ਨਿਕਲੇ ਨੇ ਸੇਮ ਉਹੀ ਕਾਲੇ ਕਾਲੇ ਨੀ ਵਾਲ ਉਹਦੇ ਬਣਾਉਣੇ ਨਹੀਂ ਉਹਦੇ ਵਾਲ ਭਾਰੇ ਨੇ ਤੇ ਫਿਰ ਨਿਕਲਦੀਆਂ ਵੀ ਨਹੀਂ ਹੈ ਵਿੱਚ ਨਾ ਤੂੰ ਵਹਾਉਂਦੀ ਵੀ ਨਹੀਂ ਜੇ ਤੇਰੀਆਂ ਨਾ ਗਰਮੀਆਂ ਸਰਦੀਆਂ ਨਹੀਂ ਮੁੱਕਦੀਆਂ ਹੈ ਜਵਾਂ ਕੱਚੀਆਂ ਲਿਖਾਂ ਵੀ ਆਉਣੀਆਂ ਬਾਜੀ ਹਾਂ ਲੱਗੀ ਕੱਚੀ ਜਿੰਨੀਆਂ ਨਜ਼ਰ ਆਉਂਦੀਆਂ ਨੇ ਨਾ ਕੱਢ ਦਿਓ ਮਿਸਮ ਦੇ ਦੇ ਵੀ ਭਾਰੇ ਨੇ ਨਾ ਵਾਲ ਮਾਂ ਦੀ ਹੈਲਪ ਚਾਹੀਦੀ ਕਰ ਲੈਂਦੀ ਨਿੱਕੀ ਦੇ ਵੀ ਸਿੱਧੇ ਜੇ ਬੇਟੇ ਦਾ ਨੀ ਮੈਨੂੰ ਪਤਾ ਉਹਦੇ ਵੀ ਸਿੱਧੇ ਨੇ ਕਿ ਨਹੀਂ ਉਹਦੇ ਵੀ ਭਾਰੇ ਨੇ ਅੱਛਾ ਤੁਹਾਡੀ ਰੋਜ਼ੀ ਦੇ ਵੀ ਸੋਹਣੇ ਨੇ ਲੇਕਿਨ ਪਤਲੇ ਬੜੇ ਸੋ ਹਾਂ ਹਜੇ ਤੁਹਾਡੇ ਚ ਤੇ ਕਿਸੇ ਮਾਂ ਦੇ ਨੇ ਉਹਦੇ ਪਤਲੇ ਮਾਂ ਦੇ ਤੇ ਕੁੰਡਲੇ ਵੀ ਨੇ ਇਹਦੇ ਸਿੱਧੇ ਨੇ ਹਾਂ ਮੈਂ ਕਿਹਾ ਉਸ ਮਾਂ ਆਪੀ ਤੁਹਾਡੇ ਵੀ ਚਿੱਟੇ ਮੇਰੇ ਵੀ ਬੜੇ ਚਿੱਟੇ ਆ ਗਏ ਨੇ ਕਹਿੰਦੇ ਮਾਮੀ ਤੁਹਾਡੇ ਇੰਨੇ ਨੀ ਜੇ ਮੇਰੇ ਤੇ ਬੜੇ ਜ਼ਿਆਦਾ ਆ ਗਏ ਚਿੱਟੇ ਮੈਨੂੰ ਵਹਾਉਂਦੇ ਸਨ ਜੁਆਂ ਨੀ ਚਿੱਟੇ ਵਾਲ ਜੁਆਂ ਨਿਕਲ ਜਾਂਦਾ ਫਿਰ ਸਕੂਨ ਆ ਜਾਂਦਾ ਇਹ ਸਾਈਡ ਤੋਂ ਬਾਜੀ ਅੱਗੇ ਵਾਲ ਬੜੇ ਹੀ ਹਲਕੇ ਹੋ ਗਏ ਨੇ ਮੇਰੇ ਗੰਜ ਨਜ਼ਰ ਆਉਂਦਾ ਆ ਵੇਖੋ ਮੈਂ ਹੁਣ ਕਟਾਉਂਦੀ ਵੀ ਨਹੀਂ ਪਈ ਇਸੇ ਗੱਲ ਤੋਂ ਜ਼ਰਾ ਵੱਧ ਲੈਣ ਆਸ਼ਾ ਵੀ ਵੇਖ ਲੈਂਦੀ ਹੈ ਨਾ ਬਾਜੀ ਸਰ ਸੋਭੋ ਤੋਂ ਬੜਾ ਸੋਹਣਾ ਵੇਖਦੀ ਅੱਛਾ ਜਵਾਨ ਹੁਣ ਘੱਟ ਹੀ ਨਜ਼ਰ ਆਉਂਦਾ ਉਹਦੀ ਨਜ਼ਰ ਸਹੀ ਹੋਣੀ ਹੈ ਆਸ਼ਾ ਤੇ ਜਿਹਦੇ ਸਿਰ 'ਚ ਪਈਆਂ ਉਹਨਾਂ ਬੜਾ ਸੋਹਣਾ ਵੇਖ ਪਰ ਤੂੰ ਜਵਾਨ ਬੜੀਆਂ ਲੈਂਦੀ ਹੈ ਅਨਾ ਮੰਨਦੀ ਕਿਸੇ ਨੂੰ ਨਹੀਂ ਲੱਭੀ ਤਾਂ ਆਪੀ ਸਾਧੀਆਂ ਨੂੰ ਲੱਭੀ ਮੈਂ ਕਿਹਾ ਉਹਨਾਂ ਨੂੰ ਤਾਂ ਸੇਰੀ ਨਹੀਂ ਕਹਿੰਦੀ ਉਹਨਾਂ ਨੂੰ ਇੱਕ ਧੱਕ ਲੱਭ ਗਈ ਇੱਕ ਧੱਕ ਤੇ ਕਦੂ ਅੱਛਾ ਕਹਿੰਦੀ ਨਾਲ ਹੀ ਸਕੂਨ ਆ ਗਿਆ ਸਿਰ 'ਚ ਉਪਰੀ ਚੜੀ ਉਹ ਕਲਪਦੀ ਸੀ ਰੋਜ਼ੀ ਕੋਲੋਂ ਨੱਸ ਗਈ ਸੀ ਅੱਛਾ ਉਹ ਅਸੀਂ ਮੇਰੀ ਧੱਕ ਗੁਆਚੀ ਮੈਨੂੰ ਲੱਭ ਕੇ ਦਿਓ ਕਿਸੇ ਨੂੰ ਨਹੀਂ ਲੱਭੀ ਆਹੋ ਤੂੰ ਸਾਧੀਆ ਬਾਜੀ ਨੂੰ ਆ ਕੇ ਲੱਭ ਗਈ ਫੁੱਟ ਤੇ ਆ ਨਾ ਮੈਨੂੰ ਦਰਦ ਵੀ ਬੜੀ ਦਰਦ ਹੁੰਦੀ ਹੈ ਹਾਂ ਭਾਬੀ ਫਾਹਰਾ ਵੇਖ ਯਾਦ ਜੇ ਕਿੰਜ ਫੜਦਾ ਇਹ ਇੰਜ ਕਰਕੇ ਨਾ
ਉਹ ਖੁਸ਼ੀ ਸੁੱਤੀ ਸੀ ਇੰਝ ਕਰਕੇ ਕਹਿੰਦੇ ਨੇ ਨਾਦੀ ਵਹਿੰਦੀ ਨਹੀਂ ਹੈ ਰੇ ਇੰਝ ਮਾਰੀ ਜਾ ਇੰਝ ਨਹੀਂ ਕਰਨ ਇੰਝ ਮਾਰੀ ਜਾ ਤੇ ਭਾਬੀ ਦੀ ਨਜ਼ਰ ਤੇ ਸਹੀ ਏ ਵੇਂਦੀ ਨਹੀਂ ਨਾ ਇਨਾ ਧਿਆਨ ਤਿੰਨਾਂ ਦੇ ਸਿਰ ਚ ਨੇ ਬੜੀਆਂ ਜ਼ਿਆਦਾ ਉਹ ਨਿੱਕੀਆਂ ਤੇ ਫਿਰ ਸੋ ਘੱਟ ਨੇ ਆਨੋ ਦੇ ਬਹੁਤੀਆਂ ਕਿਉਂਕਿ ਬਾਜੀ ਸ਼ੀਨਾ ਰਹਿ ਕੇ ਆਏ ਸਨ ਤੇ ਉਹ ਕਹਿੰਦੇ ਸਨ ਮੇਰੇ ਨਾਲ ਖੁਸ਼ੀ ਦੇ ਨਾਲ ਹੋਰੇ ਸੁਣਦੀ ਰਹੀ ਆ ਤੇ ਮੇਰੇ ਸਿਰ ਚ ਜੂਆਂ ਪੈ ਗਈਆਂ ਸਨ ਉਹਨਾਂ ਦੇ ਕੋਲ ਮੇਰਾ ਸਿਰ ਦੇਖੋ ਉਹਨੇ ਆਪੇ ਹੀ ਬਹਿ ਕੇ ਨਾ ਇੰਨੀ ਜਿਹੀ ਜੀ ਕੱਢ ਲਈ ਇੰਨੀ ਜਿਹੀ ਜੂ ਕੱਢ ਲਈ ਜਿਹਦਾ ਕੋਈ ਹਿਸਾਬ ਨਹੀਂ ਅੱਛਾ ਆਹੋ ਲੀਕਾਂ ਹੀ ਇੰਨੀਆਂ ਕਿ ਜਿਹੜਾ ਵਾਲ ਫੜਦੀ ਸੀ ਉਹਦੇ ਨਾਲ ਹੀ ਆ ਜਾਂਦੀ ਸੀ ਧੁੱਪ 'ਚ ਨਾ ਅੱਖਾਂ ਵੀ ਨਹੀਂ ਖੋਲਣੀਆਂ ਹੈ ਪਤਾ ਕਿੱਦਾਂ ਦਾ ਤੇਲ ਬਾਜੀ ਜਦੋਂ ਕੁਕਿੰਗ ਆਇਲ 'ਚ ਇਸਤੇਮਾਲ ਨਹੀਂ ਸਾ ਕਰਦੇ ਤਾਂ ਉਦੋਂ ਦਾ ਜੇ ਕੋਲੂ ਦਾ ਤੇਲ ਹੁਣ ਸਿਰ ਲਾਉਣ ਦੇ ਕੰਮ ਆਉਂਦਾ ਗਿਆ ਬੜਾ ਮਜ਼ਾ ਆਉਂਦਾ ਹੈ ਜਗ੍ਹਾ ਜੀ ਨਾਲ ਧੁੱਪ ਸਕੂਨ ਦੇ ਹੀ ਹੁੰਦਾ ਕੰਮ ਤਾਂ ਮੈਂ ਤਾਂ ਨਹਾਉਣ ਤੋਂ ਪਹਿਲਾਂ ਲਾਜ਼ਮੀ ਲਾਉਂਦੀ ਹੁੰਦੀ ਸਾ ਹੁਣ ਬਾਲਾਂ ਦੇ ਵਿੱਚ ਨਾ ਨਹੀਂ ਟਾਈਮ ਨਹੀਂ ਮੈਂ ਹਾਂ ਉਹ ਕੰਮ ਵਾਲੀ ਕੱਪੜੇ ਧੋਣ ਆਉਂਦੀ ਹੈ ਜਦੋਂ ਉਹ ਵੀ ਲਾ ਦਿੰਦੀ ਹੈ ਮੈਨੂੰ ਬਾਜੀ ਆ ਲਓ ਹੈ ਕੁਛ ਸਿੱਕਰੀ ਕੋਈ ਨੀ ਘੱਟ ਹੀ ਹੈ ਘੱਟ ਇਹਨਾਂ ਤੋਂ ਘੱਟ ਹੀ ਤੁਸੀਂ ਹੈਲਡਨ ਸ਼ੋਲਡਰ ਤੋਂ ਇਲਾਵਾ ਇਸਤੇਮਾਲ ਕਰਕੇ ਵੇਖੋ ਮੈਂ ਕਰਕੇ ਵੇਖਿਆ ਜਿਹੜਾ ਕਦਰ ਸਾਹਿਬ ਕੋਕੋਨਟ ਵਾਲਾ ਹੈ ਨਾ ਉਹ ਇਸਤੇਮਾਲ ਕਰਕੇ ਇੱਕ ਦਫ਼ਾ ਵੇਖਣਾ ਸੀ ਕੋਕੋਨਟ ਦਾ ਤਾਂ ਸਹੀ ਹੁੰਦਾ ਨਾ ਨਾਰੀਅਲ ਦਾ ਮੈਂ ਆਪਣੇ ਵਾਸਤੇ ਮੰਗਵਾਉਣਾ ਹੁਣ ਜੀ ਆਇਲ ਵੀ ਉਹਦਾ ਆਇਲ ਬੜਾ ਸਰਦੀਆਂ ਵਾਸਤੇ ਸਹੀ ਹੁੰਦਾ ਪਤਾ ਕਿਉਂ ਹਾਂਜੀ ਜਦੋਂ ਆਪਾਂ ਨਾ ਨਾਤਾ ਨਿਕਲ ਜਾਂਦਾ ਨਾ ਹੁਣ ਜੀ ਨਿਕਲਦਾ ਅੱਛਾ ਉਹਦੇ ਨਾਲ ਵਾਲ ਬੜੇ ਲੰਬੇ ਹੁੰਦੇ ਹਾਂ ਜਿਹਨੂੰ ਸੂਟ ਕਰ ਜੇ ਹਾਂ
ਇਧਰੋਂ ਜ਼ਿਆਦਾ ਨਿਕਲਦੀਆਂ ਪਈਆਂ ਬਰੱਸ਼ ਹੈ ਨਾ ਹਾਂ ਬਰੱਸ਼ ਨਜ਼ਰ ਆਉਂਦਾ ਪਾਣੀ ਨਿਕਲਦਾ ਨਾ ਫਿਰ ਸਹੀ ਨਜ਼ਰ ਆਉਂਦੀ ਅੱਛਾ ਇੱਥੇ ਬੜੀ ਜ਼ਿਆਦਾ ਹੁੰਦੀ ਹੈ ਬਾਰਿਸ਼ ਬਜੇ ਟਿਕਾਣੇ ਸਹੀ ਲਾ ਲਓ ਦਰਦ ਹੁੰਦੀ ਪਈ ਮੈਂ ਅੜਦੀ ਪਈ ਹੈ ਕੰਗੀ ਅੱਛਾ ਇਹ ਅਕਸਰ ਗੱਲ ਹੁੰਦੀ ਹੈ ਕਿ ਤੜਕਾਣੇ ਕਢੋ ਜੋ ਬਰੀਕ ਕੰਗੀ ਫਿਰ ਹਾਂ ਅੜਦਾ ਫਿਰ ਨਿਕਲ ਆਉਂਦਾ ਨਹੀਂ ਉਹ ਜਿਹੜੇ ਕਰਲਿੰਗ ਵਾਲੇ ਕੁੰਡਲੇ ਵਾਲ ਹੋਣ ਨਾ ਉਹਦੇ 'ਚ ਅੜਦੀ ਹੈ ਜ਼ਿਆਦਾ ਸਿੱਧੇ ਵਾਲ ਹੋਣ ਉਹਨਾਂ 'ਚ ਘੱਟ ਅੜਦੀ ਹੈ ਉਹ ਪਤਾ ਕੁੰਡਲੇ ਹੁੰਦੇ ਨੇ ਨਾ ਉਲਝਣਾਂ ਪਾਈ ਜਾਂਦੀਆਂ ਜਿਹੜੇ ਦੋ ਇੱਕ ਜ਼ੇਰ ਦੇ ਤੇ ਇੱਕ ਮੇਰਾ ਨਿਕਲਿਆ ਭਾਵੇਂ ਗੰਦ ਪਾ ਗਿਆ ਨਹੀਂ ਐਡੇ ਛੇਤੀ ਨਹੀਂ ਪਾ ਅੰਡੇ ਛੰਡੇ ਦੇ ਨਿਕਲੀ ਕੋਈ ਅੱਛਾ ਇੱਥੇ ਵੀ ਵਧੀਆ ਉੱਧਰ ਵੀ ਪਏ ਚੁਟੀਆ ਬਣਾ ਦਿਆ ਚੁਟੀਆ ਹਾਂ ਬਣਾ ਦਿਓ ਮੈਨੂੰ ਆਪੇ ਉੱਚੀ ਚੰਗੀ ਲੱਗਦੀ ਅਜੇ ਵੀ ਬਾਜੀ ਬੜੀ ਖਾਰਿਸ਼ ਹੁੰਦੀ ਹੁਣ ਮੇਸ਼ਲਾ ਐਂਟੀ ਲੈਸ ਸ਼ੈਂਪੂ ਜਿਹੜਾ ਨਾ ਉਹ ਲਾਵਾਂ ਫਿਰ ਜਾ ਕੇ ਵਹਾ ਲਾ ਇੰਨਾ ਉਹ ਲਾ
ਇਹਨੇ ਇੱਕ ਵਾਰ ਖੁੱਲੇ ਰਹਿਣ ਦਿਆ। ਹਾਂਜੀ ਮੇਰੇ ਛੋਟੇ ਹੁੰਦੇ ਦੋ ਪੋਨੀਆਂ ਹੁੰਦੀਆਂ ਸਨ ਬਾਜੀ, ਜਿਹੜੀਆਂ ਪਰਾਂਦੀਆਂ ਨਹੀਂ ਹੁੰਦੀਆਂ ਦੋ। ਹਾਂਜੀ ਵੀ ਜਨਾਬ ਜਦ ਛੋਟੇ ਤਾਂ ਹਾਂ ਅੱਛਾ, ਇਹਨਾਂ ਦੀਆਂ ਤਾਂ ਮੈਂ ਆਪ ਹੀ ਕਰਦੀ ਰਹੀ ਹਾਂ ਨਾ ਸਾਰਾ ਉਹਨਾਂ ਨੇ ਨਹੀਂ ਜੀ ਨਾ ਨਾ ਇਹਨਾਂ ਦੀ ਮੈਂ ਕਰਦੀ। ਇਹਨਾਂ ਦੇ ਸ਼ੁਰੂ ਤੋਂ ਲੰਬੇ ਹੀ ਰੱਖੇ ਨੇ ਤੁਸੀਂ ਵਾਲ? ਇੱਧਰ ਸਾਈਡ ਤੋਂ ਮੈਂ ਕਿਹਾ ਜੀ ਗੁੱਗੂ ਆਇਆ ਨਹੀਂ ਤਾਂ ਮੈਂ ਉਹਦਾ ਫੜ ਕੇ ਨਾ ਹਾਨੀ ਦਾ ਵੇਖਣਾ ਸੀ, ਉਹਦੇ ਸਿਰ 'ਤੇ ਇਹ ਨਿਕਲਦੇ ਨੇ ਪਏ ਸਾਡੇ ਸਿਰਾਂ 'ਚ। ਦੋ ਛੁੱਟੀਆਂ ਜਿਹੜੀ ਹੈ ਨਾ ਬਾਜੀ ਉਹ ਬੰਦਾ ਆਪ ਹੀ ਨਹੀਂ ਕਰ ਸਕਦਾ ਹੈ ਨਾ, ਨੀਵੀਆਂ ਕਰਦੀਆਂ ਨਾ ਜਿਵੇਂ ਥੋੜੇ ਭਾਰੇ ਵਾਲ। ਹਾਂ ਨਾਇਆ ਤੁਸੀਂ ਵਾਲ ਕਿਉਂ ਕਟਾਏ ਨੇ? ਜੋ ਘਰੇ ਨਿਕਲਿਆ ਸਾਨੂੰ ਇੱਕ ਦੋ ਦਾ ਟਾਈਮ ਸੀ ਮੇਰੇ ਖਿਆਲ 'ਚ। ਮਾਂਗ ਮੇਰੇ ਖਿਆਲ 'ਚ ਬਾਜੀ ਤੁਸੀਂ ਟੇੜੀ ਕੱਢੀ ਹੈ। ਚਲੋ ਜਿਹੜੀ ਵੀ ਨਿਕਲ ਗਈ ਕਿਉਂਕਿ ਮੇਰੀ ਮਾਂਗ ਇੰਜ ਨਿਕਲਣੀ ਸੀ। ਅੱਛਾ ਐ ਮੈਨੂੰ ਹੱਥਾਂ ਨਾਲ ਟੇੜੀ ਲੱਗਦੀ ਪਈ ਬਾਜੀ। ਵੀ ਇਹਨਾਂ ਨੇ ਬਣਾਇਆ ਸਨ ਮੇਰੇ ਤਿੰਨ ਸਟਾਈਲ, ਉਹਨਾਂ ਨੇ ਲਾਸਟ ਟਾਈਮ ਆਈਲਿੰਗ ਉਹਨਾਂ ਨੇ ਮੇਰੇ ਸਿਰ 'ਚ ਜ਼ਾਇਨਾ ਹੋਰਾਂ ਦੀ ਨਾ ਸਾਲਗਿਰਾ 'ਤੇ ਕੀਤੀ ਸੀ, ਤਿੰਨ ਸਟਾਈਲ ਉਹਨਾਂ ਨੇ ਵਾਲਾਂ ਦਾ ਬਣਾਇਆ ਸੀ। ਪੋਨੀ ਦਿੱਤੀ ਸਹੀ ਹੋ ਗਿਆ।